जलालाबाद के पिंड मौकम अराइयां च MLA गोल्डी कंबोज ने छापा मार कथित घोटाले का पर्दाफाश किया है। घोटाले में करीब 85 लाख रुपए की ग्रांट च गड़बड़ी का शक जताया जा रहा है। कांग्रेस सरकार वेले इस पिंड नूं 85 लाख रुपए की ग्रांट मिली सी अते सिर्फ 6 लाख रुपए दियां जिम दियां 6 मशीनां ही इस पिंड नूं मिल पाईआं सन। विधायक गोल्डी कंबोज ने जांच करवाउण दी गल आखी है अते कहा घपले करन वाला कोई भी बख्शा नहीं जाएगा। नहीं नहीं मंतव तो चेंज होना भी नहीं मंतव चेंज ना होते नहीं दसो की जवाब है थोड़े को चक्कर तो बाद में तुम कर लिया फिर जब तक 12 लाख रुपया तो फिर 5 पाइपलाइन 2 लाख रुपया नहीं लगना पाइपलाइन का कमाल है यार थोड़े को पैसे पे नहीं है पे नहीं फिर की दिक्कत की है छप्पड़ का प्रोजेक्ट है जी नए काम च कौन लगा नहीं तो जमीन तो ठीक है बिना दित्ती बैठे पहला आप की किया कमाल हो गई सर 2 साल हो गया एक मिनट यार चुप रही पैसे कि मैं काट के देने उधर तो सरपंच बड़ा वधिया हो जाता है जो थोड़ी जेब गर्म कर लेता है आगे पीछे रोला पे जाता कोई जेब गर्म नहीं कुछ नहीं सर फिर आ थोड़े सामने ही और की छपड़ खाली आप भाई सवेरे तो कुछ करवा देने काम जी बंद करवा देने तो चैंबर बना 4-5 दिन लगी मोटर मोटर आप ही ना कढ़ाया पानी मोटर दे ना बेचारे ने आप कढ़ाया पहले वो तो पहले वो भी खा गए फिर तो ये जून दी गल है उसको अगर पा देना सी तो भाई जून दी गल है तो फिर बादशाह शुरू फिर उधर नहीं आता काम कुछ कीता है मशीन लगी रही है ਉਹ ਸਰ 97 ਹਜ਼ਾਰ ਦੀ ਮਸ਼ੀਨ ਇੱਥੇ ਕਹਿੰਦੇ ਲਾਈ ਹੈ ਮੇਰੇ ਹਿਸਾਬ ਨਾਲ 15 ਘੰਟੇ 2-2 ਘੰਟੇ ਲਾਉਂਦੇ ਸੀ ਅਤੇ 4-5 ਦਿਨ ਲੱਗੀ ਮਸ਼ੀਨ ਇਹ ਹਿਸਾਬ ਲਾ ਲਓ ਵੀ 10-12 ਘੰਟੇ ਬਾਅਦ ਤੋਂ ਮਸ਼ੀਨ ਚੱਲੀ ਹੋਊਗੀ ਅਤੇ ਇਹਨਾਂ ਨੇ 97 ਹਜ਼ਾਰ ਦੀ ਪਾਤਾ ਵੀ ਸੀ 97 ਹਜ਼ਾਰ ਦਾ ਕੰਮ ਕਰਾਇਆ ਉਹ ਕੰਮ ਦੇਖ ਲਓ ਕਿੱਦਾਂ ਉਹ ਛੱਪੜੇ ਛੱਪੜ ਕੋਣ ਗੱਲ ਛੱਪੜ ਕਿੱਡਾ ਕੁ ਵੱਡਾ ਯਾਰ ਸਾਰੇ ਨਾ ਹਜਾਓ ਯਾਰ ਨਾ ਜਾਣ ਨਾ ਜਾਣ ਥੋੜੀ ਜਿਹੀ ਹਵਾ ਆਣ ਦੋ ਹਵਾ ਲੈ ਥੋੜਾ ਜਿਹਾ ਥੋੜੇ ਪਿੱਛੇ ਹੋ ਜਾਓ ਪਿੱਛੇ ਇਹ ਸਭ 4:30 ਤੁਸੀਂ ਇੱਕ ਹੈ ਸਾਡੇ ਤੁਸੀਂ ਕਹੇ ਪੰਚਾਇਤ ਜਿਹੜਾ ਬਿੱਲ ਕੱਢ ਕੋ ਕੱਢੋ ਦੀ ਪਰਚੀ ਕੱਢੋ ਛੱਡੋ ਜਿਹੜੀ 25 ਲੱਖ ਦੀ ਲਵ ਲੈਟਰ ਮੈਨੂੰ ਦਿੱਤੀ ਹੈ ਨਾ ਉਹਦੇ ਫਿਰ ਤੁਸੀਂ ਕਿ 12 ਮੈਂ ਉਹਦੇ ਕੀਤੇ ਕਿ ਸਹੀ ਗੱਲ ਹੈ ਕਿ ਦੱਸੋ ਵੀਡੀਓ ਸਭ ਸਹੀ ਜਿਹੜੀ ਬਾਅਦ 20 ਲੱਖ ਰੁਪਏ ਮੈਂ ਕਿ ਸਾਬ ਲਿਆ ਮੈਂ ਤਾਂ ਜਾਣ ਦਊਗਾ ਉਹਦੇ ਤੇ ਲਗਾਈ 10 ਕਰੋੜ ਨਹੀਂ ਲਗਾਈ 15 ਲਿਖਾਇਆ ਜੀ 15 ਦੇ ਲਿਖਾਇਆ ਜੀ ਬਾਕੀ ਸਭ ਖਰੇ ਦੋ ਹੋ ਗਏ 15 ਤੋਂ 17 ਹੋ ਗਏ ਭਾਈ ਸਾਹਿਬ ਫਿਰ ਬਾਕੀ 8 ਦੱਸ ਦਿਓ 8 ਤੇ 24 25 ਤੇ 34 32 3 ਲੱਖ ਵੀ ਹੈ ਜੋ ਦੱਸ ਦੋ ਕਿੱਥੇ ਯਾਰ ਯਾਰ ਯਾ ਤਾਂ ਤੁਹਾਡੇ ਵੀਡੀਓ ਸਾਹਿਬ ਮੈਨੂੰ ਹਿੱਲੇ ਜਾਂ ਮੈਂ ਹਿੱਲੇ ਲੱਗਦਾ ਯਾਰ ਹੁਣ ਕੋਲ ਖੜ ਕੇ ਤੂੰ ਮੁਕਰੀ ਇਹਨੇ ਕਮਾਲ ਹੋ ਗਈ ਰੱਬ ਨੂੰ ਜਾਣ ਵੀ ਦੇਣੀ ਯਾਰ ਤੁਸੀਂ ਮਾੜੀ ਮੋਟੀ ਯਾਰ 4.5 ਲੱਖ ਕਿੰਨੇ ਲਗਾਈ ਸੀ ਦੱਸੋ ਪੰਚਾਇਤ ਫੰਡ ਲਿਖੇ ਜਿਹੜੀ ਕਿੰਨੇ ਲਗਾਈ ਸੀ ਬੋਲੇ 15 ਕਿਹਾ ਸੀ ਪੰਚਾਇਤ ਫੰਡ ਦੇ ਚੈਨਲ ਲਿਸਟ ਪੰਚਾਇਤ ਫੰਡ ਚ 15 ਨੇ ਉਹ ਤਾਂ ਭਾਈ ਸਾਹਿਬ 4.5 ਹੋ ਗਿਆ ਬਾਅਦ ਚ ਜਿਹੜੇ ਬੋਲੋ ਪੁਰਾਣੇ ਕਹਿੰਦੇ ਸੀ 10 ਬੋਝ ਹੈਗੇ ਨੇ ਉਹਦੀ ਕਰਾ ਜਿਹੜੇ ਪਹਿਲਾਂ 25 ਟੋਟਲ ਪੁਰਾਣੇ ਕਿਹੜੇ ਯਾਰ ਪਹਿਲਾਂ 25 ਕਹੇ ਸੀ ਟੋਟਲ 25 ਕਹੇ ਸੀ ਹੁਣ ਮੈਂ ਤਾਂ ਕਿਹਾ ਦੱਸੋ ਕਿੰਨੇ ਤੁਹਾਡੇ ਸਾਹਮਣੇ ਇੱਕ ਘੰਟੇ ਬੰਦ ਜਵਾਨ ਤੋਂ ਮੈਂ ਕਹਿੰਦੇ ਵੀ 25 ਬੰਦ ਹੋਰ ਵਿਖਾਓ ਇੱਕ ਗੇਟ ਤੇ ਮੈਂ ਤਾਂ ਵੀਰੇ ਹੁਣ ਇੱਕੋ ਗੱਲ ਪੁੱਛੀ ਕਿ ਮੈਂ 25 ਗਿਣੇ ਲਾ ਪਿਆ ਔਖੇ ਤੁਸੀਂ ਹੋਣਾ ਹੋਰ ਕਹਿੰਦੇ 17 ਨੇ 15 ਪੰਚਾਇਤ ਫੰਡ ਹਾਂ ਤੇ ਦੋ ਉੱਧਰ ਹੋ ਗਏ 17 ਹੋ ਗਏ ਬਾਈ ਜੀ 3 ਤੇ 5 8 8 ਨੂੰ 40 ਨਾਲ ਕਰ ਲਓ 40 ਹੈ ਕਿੰਨੇ ਦਾ ਬੋਰ ਪਾਉਣਾ 40 ਹਜ਼ਾਰ ਦਾ 30 ਹਜ਼ਾਰ 30 ਹਜ਼ਾਰ ਦਾ 8 ਤੇ ਕਿੰਨਾ ਹੋ ਗਿਆ 2,40,000 ਰੁਪਏ ਦੱਸ ਦੋ ਕਿੱਥੇ ਉੱਥੇ ਗ੍ਰਾਂਟ 'ਚ ਲੱਗਿਆ ਵਖਰ 3 ਲੱਖ ਹੋਰਾਂ ਦੀ ਗ੍ਰਾਂਟ ਸੀ ਸੈਕਟਰੀ ਸਾਹਿਬ 25 ਲੱਖ ਛੱਪੜ ਦਾ ਖਾ ਗਏ ਜੀ ਤੇ ਛੱਪੜ ਵਾਲੇ ਰੋਂਦੇ ਫਿਰਦੇ ਨੇ ਹਲੇ ਪੱਟੇ ਗੱਡੀ ਪੱਟੇ ਮਾੜੀ ਮੋਟੀ ਸ਼ਰਮ ਆਉਂਦੀ ਆਪਾਂ ਨੂੰ ਯਾਰ ਕੀ ਕਰੀਏ ਨਹੀਂ ਹੋਇਆ ਵੀ ਛੱਪੜ ਜਿਵੇਂ ਖਾਤਾ ਜੀ ਕੁਛ ਨਹੀਂ ਹੋਇਆ ਪੈਰ ਜਿਹੜਾ ਕੰਮ ਹੈ ਪੈਸੇ ਤਾਂ ਛੱਪੜ ਦਾ ਪਾਣੀ ਉਹ ਹਲੇ ਰੋਈ ਜਾਂਦੇ ਨੇ ਯਾਰ ਕਮਾਲ ਹੋ ਗਈ ਪਾਣੀ ਬਾਰਿਸ਼ ਪੈ ਗਈ ਸਾਰੇ ਅੱਧਾ ਪਾਣੀ ਇਧਰ ਆਉਂਦਾ ਫਿਰ ਉਧਰ ਜਾਂਦਾ ਹਾਂ ਤਾਂ ਫਿਰ ਭਾਈ ਸਾਹਿਬ ਜਦੋਂ ਛੱਪੜ ਉੱਤੇ ਤੇਰਾ ਆਉਂਦਾ ਹੈ ਉਹਦੀ ਪਾਈਪਲਾਈਨ ਪਾ ਦੇ 2 ਲੱਖ ਰੁਪਏ ਦੀ ਕਿੰਨੀ ਕੁ ਪੈ ਜਾਣੀ ਦੱਸੋ ਵੀ ਪਾਈਪਲਾਈਨ ਸਪਾਈ ਪਾਈਪਲਾਈਨ ਉੱਤੇ ਕਿੰਨੀ ਪੈਣੀ ਹੈ ਬੋਲੋ ਪੰਚਾਇਤ ਨਹੀਂ ਇਹ ਤਾਂ ਭਾਈ ਜੀ ਉੱਥੇ ਪੈਣੀ ਨਹੀਂ ਸਰ ਆ ਇੱਕ 2 ਕਨਾਲਾਂ ਦੀ ਪਾਈਪ ਪੈਣੀ ਸਰ ਪਾਈ ਨਹੀਂ ਪੈਣੀ ਹੈ ਤਾਂ ਬੋਲੋ ਚੈਂਬਰ ਬਣਨਾ ਹੈ ਪੈਸੇ ਹੈਗੇ ਹੁਣ ਨਵੇਂ ਬੈਡ ਚੈਂਬਰ ਬਣਾ ਹੈ ਕਿ ਫਿਸਪਰ ਬੰਦ ਕਰਕੇ ਤੇ ਉਧਰ ਛੱਪੜ ਅੱਗੇ ਲਾਈ ਹੁਣ ਤਾਂ ਕੋਡੇ ਹੋ ਕੇ ਬਣਾਉਂਗੇ ਬਣਾਉਂਗਾ ਤੁਹਾਡੇ ਕੋਲ ਮੈਂ ਛੱਡਣ ਥੋੜੀ ਲੱਗਿਆ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੂੰ ਟਾਈਮ ਕਿੰਨਾ ਲੱਗੂਗਾ ਪੈਣ ਤੇ ਪੈਪ ਲੈਣ ਦਾ ਹੁਣ ਫਸਲ ਦੇ ਵਿੱਚ ਨਹੀਂ ਪੈਣੇ ਬਾਕੀ ਪਹਿਲੇ ਤੁਹਾਡੇ ਕੋਲ ਪੈਨ ਲੱਗਾ ਕਿ ਨਹੀਂ ਸ਼ੀਸ਼ ਕੋਲ ਸ਼ੀਸ਼ ਕੋਲ ਆਪਰ ਕਾਰਡ ਕਿਉਂ ਨਹੀਂ ਦਿੰਦੇ
ਕਾੜੋ ਸਰ ਕੰਪਲੀਟ ਰਿਕਾਰਡ ਉਹਦੇ ਕੋਲ ਹੀ ਮੈਂ ਤਾਂ ਮਤਲਬ ਜਿਹੜਾ ਕੰਮ ਅੱਜ ਤੱਕ ਮੈਂ ਕੀਤਾ ਮੈਂ ਤਾਂ ਉਹਦੇ ਮੈਨੂੰ ਜਾਣ ਕੇ ਜਿੰਨੇ ਬੰਦੇ ਮੈਂ ਸਰਵੇ ਦਾ ਰਿਕਾਰਡ ਸੁਸਮੇਤ ਵਾਪਸ ਕਰ ਦੇ ਬਸ ਫਿਰ ਮੈਂ ਕਿਹਾ ਜੇ ਕੋਈ ਪਰਚਾ ਨਹੀਂ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।